ਸਤਿ ਸ਼੍ਰੀ ਅਕਾਲ ਜੀ, ਇਹ ਸਾਡੇ ਮਰੀਜ਼ ਨੇ ਜੀ। ਇਹਨਾਂ ਦਾ ਨਾਮ ਹੈ ਮਿਸੀ ਸ਼ਾਂਤੀ, ਵਾਈਫ ਆਫ ਮਿਸਟਰ ਸ਼ਿਵਾ। ਇਹ ਛੱਤੀਸਗੜ੍ਹ ਦੇ ਰਹਿਣ ਵਾਲੇ ਨੇ। ਇਹਨਾਂ ਦੇ ਵਿਆਹ ਨੂੰ 14 ਸਾਲ ਹੋ ਚੁੱਕੇ ਸੀ। ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀ। ਇਹਨਾਂ ਨੇ ਬਹੁਤ ਜਗ੍ਹਾ ਤੋਂ ਇਲਾਜ ਕਰਾਇਆ, ਛੱਤੀਸਗੜ੍ਹ ਤੋਂ ਵੀ ਕਰਾਇਆ, ਚੰਡੀਗੜ੍ਹ ਤੋਂ ਵੀ ਕਰਾਇਆ, ਜਲੰਧਰ ਤੋਂ ਵੀ ਕਰਾਇਆ, ਪਰ ਕਿਤੋਂ ਵੀ ਇਹਨਾਂ ਨੂੰ ਪ੍ਰੈਗਨੈਂਸੀ ਕੰਸੀਵ ਨਹੀਂ ਹੋਈ। ਇਹਨਾਂ ਨੇ ਆਪਣੀ ਸਾਰੀਆਂ ਰਿਪੋਰਟਸ ਵਗੈਰਾ ਮੈਡਮ ਨੂੰ ਚੈੱਕ ਕਰਾਈਆਂ। ਮੈਡਮ ਨੂੰ ਚੈੱਕ ਕਰਵਾ ਕੇ ਰਿਪੋਰਟਸ ਮੈਡਮ ਨੇ ਜੋ ਕਿ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਇਹਨਾਂ ਨੇ ਸਾਡੇ ਹਸਪੀਟਲ ਲਗਾਤਾਰ 1.5 ਸਾਲ ਮੈਡੀਸਨ ਖਾਧੀ ਹੈ। ਮੈਡੀਸਨ ਤੋਂ ਬਾਅਦ ਇਹਨਾਂ ਨੇ ਬਿਲਕੁਲ ਆਪਣਾ ਹੌਸਲਾ ਨਹੀਂ ਛੱਡਿਆ। ਇਹਨਾਂ ਨੂੰ ਪ੍ਰੈਗਨੈਂਸੀ ਕੰਸੀਵ ਹੋ ਗਈ, ਹੁਣ ਇਹਨਾਂ ਦੇ ਘਰੇ ਬੇਟੇ ਨੇ ਜਨਮ ਲਿਆ ਹੈ। ਠੀਕ ਹੈ ਜੀ, ਇਹ ਬਹੁਤ ਖੁਸ਼ ਨੇ। ਆਪਣੇ ਵੱਲੋਂ ਡਾਕਟਰ ਸੁਮਿਤਾ ਸੋਫਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਨੇ ਤੇ ਉਹਨਾਂ ਲਈ 2 ਲਾਈਨਾਂ ਕਹਿਣਾ ਚਾਹੁੰਦੇ ਨੇ। ਨਮਸਤੇ ਜੀ, ਮੈਂ ਸ਼ਿਵਾ, ਵਾਈਫ ਔਰ ਸ਼ਾਂਤੀ ਹੋ ਜੀ, ਮੈਂ ਛੱਤੀਸਗੜ੍ਹ ਦੇ ਰਹਿਣ ਵਾਲਾ ਹਾਂ ਜੀ। ਤੋ ਮੇਰਾ ਬੱਚੇ ਪ੍ਰਾਪਤ ਨਹੀਂ ਹੋ ਰਿਹਾ ਇੱਥੇ, ਤੋ ਮੈਂ ਯਹਾਂ ਸੁਮਿਤਾ ਸੋਫਾ ਦਾ ਹਸਪੀਟਲ ਮੈਂ ਸ਼ਾਂਤੀ ਮੇਰਾ ਘਰਵਾਲ ਹੀ 14 ਸਾਲ ਮੇਰਾ ਸ਼ਾਦੀ ਹੋ ਗਿਆ ਹੈ। ਉਸਕੇ ਬਾਅਦ ਯਹਾਂ ਪੇ 2 ਸਾਲ ਮੈਨੇ ਯਹਾਂ ਪੇ ਆਤੇ ਰਹਾ। ਉਹਦੇ ਬਾਅਦ ਮੇਰਾ ਬੱਚਾ ਹੋਊਗਾ, ਬੇਟਾ 1 ਸਾਲ ਦਾ ਹੋ ਗਿਆ। ਧੰਨਵਾਦ। ਹਮਾਰੇ ਲਈ ਭਗਵਾਨ ਹੈ, ਹਮਾਰੇ ਲਈ ਭਗਵਾਨ ਹੈ, ਹਮਾਰੇ ਵਾਸਤੇ ਕਰਤੇ ਹੈ ਸਭੀ ਮਨੋਕਾਮਨਾ ਪੂਰਾ ਕਰੇ।